ਛੇ ਮਿਲਦੀ ਪਈ ਹੈ ਸਸਤੀ ਸਰਕਾਰ, ਉਹ ਹਿਸਾਬ ਹੈ, ਹਰ ਚੀਜ਼ ਉੱਥੇ ਹੀ ਹੈ। ਤਾਜਰ ਹੈ, ਤਾਜਰ ਮਜ਼ਦੂਰ ਕੀ ਮਜ਼ਦੂਰੀ ਨਹੀਂ ਬੜਾ ਰਹਾ, ਲੇਕਿਨ ਆਪਣੇ ਰੇਟ ਉਸਕੇ ਉਹੀ ਹੈ। ਕੌਣ ਖਾ ਰਹੇ ਹੈ? ਉਹ ਜਿਹੜੇ ਇਕਤਦਾਰ 'ਚ ਹੁੰਦੇ ਨੇ ਉਹੀ ਖਾਈ ਜਾਂਦੇ ਨੇ। ਮੁਝੇ ਤਾਂ ਇਤਨਾ ਪਤਾ ਹੈ ਕਿ ਲੋਕਲ ਟਰੈਵਲ ਜੋ ਹੈ ਨਾ, ਜੇ 40 ਰੁਪਏ ਕਿਰਾਇਆ ਲੈਤੀ ਤੀ, ਗੌਰਮੈਂਟ ਕੀ ਸਿਟੀ ਟੂਰ ਸੀ ਨਾ, ਉਹ 60 ਰੁਪਏ ਕਿਰਾਇਆ ਲੈਤੀ ਤੀ। ਜਿਹੜਾ ਆਇਆ ਲੁੱਟ ਕੇ ਲੈ ਗਿਆ, ਜਿਹੜਾ ਆਇਆ ਲੁੱਟ ਕੇ ਲੈ ਗਿਆ। ਜਗੀਰਦਾਰ ਹੋਤਾ ਵੋ ਕਹਿਤਾ ਹੈ 2 ਕੱਟੇ ਭੇਜੋ, ਮੁਲਾਜ਼ਮ ਕਰ ਦਿਓ। ਜਬ ਸਰਕਾਰੀ ਮੁਲਾਜ਼ਮ ਹੋ ਜਾਏਗਾ, ਇਸੇ ਕਿਸੇ ਨੇ ਪੁੱਛਣਾ। ਪਾਕਿਸਤਾਨ ਤਰੀਕੇ ਸਾਹਿਬ ਦੇ ਇੱਕ ਬੰਦੇ ਨੇ ਕਿਹਾ ਕਿ ਟਮਾਟਰ ਤੇ ਸਾਨੂੰ 17 ਰੁਪਏ ਕਿਲੋ ਪੇ ਮਿਲਦੇ ਪਏ ਤੋਂ ਕਿੱਥੇ ਸਰਕਾਰ 17 ਰੁਪਏ ਕਿਲੋ ਮਿਲਦੇ ਪਏ, 200 ਰੁਪਏ ਮਿਲਦੇ ਜੇ ਪਏ। ਚੈਲੰਜ ਕਰੂੰਗਾ, ਹੋ ਸਕਦਾ ਕੱਲ੍ਹ ਮੈਨੂੰ ਗੋਲੀ ਬਣਵਾ ਦੇ ਕੋਈ, ਸਾਬਤ ਤੋਂ ਮੈਂ ਕਰ ਦੂੰਗਾ। ਜਿਹੜੀ ਆਪੋਜੀਸ਼ਨ ਇਮਰਾਨ ਖਾਨ ਸਾਹਿਬ ਦੇ ਖਿਲਾਫ ਫੋਰਨ ਫੰਡਿੰਗ ਵਾਲਾ ਕੇਸ ਲੈ ਕੇ ਸਾਹਮਣੇ ਆਈ ਹੈ ਕਿ ਜਿਹੜੇ ਫੰਡ ਆਉਂਦੇ ਰਹੇ ਨੇ ਖਾਨ ਸਾਹਿਬ ਨੂੰ, ਉਹ ਕਿੱਥੋਂ ਆ ਰਹੇ ਨੇ ਸਾਬਤ ਕਰੋ, ਜੇ ਸਾਬਤ ਕਰ ਦਿੱਤਾ ਪੂਰੀ ਪਾਕਿਸਤਾਨ ਤਰੀਕੇ ਇਨਸਾਫ ਹੀ ਖਤਮ ਹੋ ਜਾਏਗੀ। ਉਹ ਸਰਕਾਰ ਫੰਡ ਪਤਾ ਨਹੀਂ ਕਿੱਥੇ ਆ ਰਹੇ ਨੇ ਕਿੱਥੇ ਨਹੀਂ ਆ ਰਹੇ, ਸਾਨੂੰ ਇਸ ਚੀਜ਼ ਨਾਲ ਨਹੀਂ। ਅੱਛਾ, ਸਾਨੂੰ ਤਾਂ ਚਾਹੀਦਾ ਕਿ ਮੁਲਕ ਲਈ ਬਿਹਤਰੀ ਹੋਏ, ਕੋਈ ਆਵਾਮ ਖੁਸ਼ਹਾਲ ਹੋਏ, ਆਵਾਮ ਨੂੰ ਚੀਜ਼ਾਂ ਸਸਤੀਆਂ ਮਿਲਣ, ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ, ਆ ਜਿਹੜੇ ਦੁਨੀਆ ਜ਼ਲੀਲ ਹੋ ਕੇ ਆਉਂਦੀ ਹੈ, ਆ ਜ਼ਲਾਲਤ ਤੋਂ ਬਚ ਜਾਣ। ਉਹਨਾਂ ਬਡਿਆਣੇ ਤੱਕ ਸਫ਼ਰ, ਬੰਦਾ ਰੋਟੀ ਖਾ ਕੇ ਜਾਏ ਤਾਂ ਬਡਿਆਣੇ ਤੱਕ ਉਂਝੀ ਹਜ਼ਮ ਹੋ ਜਾਂਦੀ ਹੈ। ਇਮਰਾਨ ਖਾਨ ਸਾਹਿਬ ਕਹਿੰਦੇ ਕਿ ਮੈਂ 22 ਸਾਲ ਸੇ ਕਰਪਸ਼ਨ ਕੇ ਲਈ ਖਿਲਾਫ ਜੋ ਹੈ ਜੰਗ ਲੜ ਰਹਾ ਹੂੰ। ਮਾਜ਼ਰੇ ਕੇ ਸਾਥ ਯੇ ਪਾਕਿਸਤਾਨ ਹੈ, ਜੋ ਦਿਖਤਾ ਨਹੀਂ ਨਾ ਵੋ ਹੈ ਨਹੀਂ। ਅੱਛਾ, ਜੋ ਆਪ ਦੇਖ ਰਹੇ ਹੈ ਵੋ ਯਕੀਨ ਹੈ, ਆਪ ਮੇਰੇ ਪਾਸ ਮੌਜੂਦ ਹੈ, ਮੈਂ ਯਕੀਨ ਕਰ ਸਕਤਾ ਹੂੰ। ਅੱਛਾ, ਇਸਕੇ ਬਾਅਦ ਕਿਆ ਹੈ ਵੋ ਜੀ, ਸਭ ਝੂਠ ਹੈ। ਤੋ ਇਮਰਾਨ ਖਾਨ ਸਾਹਿਬ ਨੇ ਜੋ ਸਹੂਲੀਅਤ ਫਰਾਮ ਕੀ ਹੈ ਉਸੇ ਮੁਤਮਿਨ ਆਪ? ਮੁਝੇ ਤਾਂ ਕੋਈ ਸਹੂਲਤ ਨਹੀਂ ਦੀ, ਆਪਕੇ ਸਾਹਮਣੇ ਖੜਾ ਹੋ 1 ਘੰਟੇ ਤੇ ਕੋਈ ਸਹੂਲਤ ਨਹੀਂ ਮਿਲੀ, ਕੋਈ ਸਹੂਲਤ ਨਹੀਂ। ਮੈਂ 7 ਅਰਬ ਤੱਕ ਯੂਟੀਲਿਟੀ ਸਟੋਰ ਕੋ ਜਮਾ ਕਰਵਾਇਆ ਤਾਂ ਕਿ ਆਟਾ, ਦਾਲ, ਰੋਟੀ, ਚੀਨੀ, ਘੀ ਸਸਤਾ ਮਿਲੇ ਆਪ? ਮੁਝੇ ਤਾਂ ਇਤਨਾ ਪਤਾ ਹੈ ਕਿ ਲੋਕਲ ਟਰੈਵਲ ਜੋ ਹੈ ਨਾ, ਜੇ 40 ਰੁਪਏ ਕਿਰਾਇਆ ਲੈਤੀ ਤੀ, ਗੌਰਮੈਂਟ ਕੀ ਸਿਟੀ ਟੂਰ ਸੀ ਨਾ, ਉਹ 60 ਰੁਪਏ ਕਿਰਾਇਆ ਲੈਤੀ ਤੀ। ਅੱਛਾ, ਤੋ ਜੈਸੇ ਬਾਂਦਰ ਲਟਕ ਕੇ ਜਾਤੇ ਹੈ ਨਾ, ਤਾਂ ਤੋ ਫਿਰ ਐਸੇ ਟਰੈਵਲ ਹਮ ਕਰਦੇ ਹੈ। ਅੱਛਾ, ਤੋ ਗੌਰਮੈਂਟ ਤੋ ਹਮੇਂ ਸਹੂਲਤ ਨਹੀਂ ਦੇਤੀ, ਹਮ ਲੋਕ ਆਪਸ ਮੇਂ ਕੰਪਰੋਮਾਈਜ਼ ਜ਼ਰੂਰ ਕਰਦੇ ਹੈ। ਇਹ ਜੋ ਜਿਨ ਗਾੜੀਓਂ ਪੇ ਆਪ ਜਾ ਰਹੇ ਹੈ, ਇਹ ਉਹਨਾਂ ਉੱਪਰ ਤੱਕ ਭਰੀ ਹੋਤੀ ਹੈ, ਇਹ ਤੋ ਟ੍ਰੈਫਿਕ ਅਫਸਰਾਨ ਕੈਸੇ ਇਨਕੋ ਗੁਜ਼ਰਨੇ ਦੇਤੇ ਹੈ? ਇਹ ਤੋ ਆਪ ਵੀ ਜਾਣਦੇ ਹੈ ਯਾਰ। ਨਹੀਂ, ਮੀਡੀਆ ਕੋ ਕੁਛ ਨਹੀਂ ਪਤਾ ਹੋਤਾ? ਨਹੀਂ, ਮੀਡੀਆ ਕੋ ਸਾਰਾ ਪਤਾ ਹੋਤਾ ਹੈ, ਮੀਡੀਆ ਕੋ ਸਾਰਾ ਪਤਾ ਹੈ, ਹਮੇਂ ਨਹੀਂ ਇਤਨਾ ਨੌਲੇਜ ਹੋਤਾ। ਇਸਕਾ ਜ਼ਿੰਮੇਦਾਰ ਕੌਣ ਹੈ, ਕਿਸ ਕੋ ਕੰਟਰੋਲ ਕਰਨਾ ਚਾਹੀਏ ਇਸ ਸਬ? ਮਤਲਬ ਆਪ ਅਗਰ ਸਫ਼ਰ ਕਰ ਰਹੇ ਹੈਂ ਤੋ ਆਪਕੋ ਮੁਕੰਮਲ ਤੌਰ ਪੇ ਆਪਕੀ ਸੀਟ ਤੋ ਮਿਲਣੀ ਚਾਹੀਏ ਨਾ? ਯਾਰ ਵੋ ਮੈਰਿਟ ਪੇ ਬਾਤ ਆ ਜਾਤੀ ਹੈ, ਅਗਰ ਮੈਂ ਮਜ਼ਦੂਰ ਹੂੰ ਨਾ, ਮੇਰਾ ਬੱਚਾ ਨਲਾਇਕ ਨਹੀਂ ਕਰਾਇਆ ਨਾ, ਤੋ ਮੈਂ ਉਸੇ ਮਦਰੱਸੇ ਮੇਂ ਡਾਲ ਦੂੰਗਾ ਕਿ ਇਹ ਹਾਫਜ਼ੇ ਕੁਰਾਨ ਬਣੇ, ਮੌਲਵੀ ਬਣੇਗਾ, ਹਲਾ ਲਾਲਾ, ਕਿਉਂਕਿ ਵੋ ਸ਼ਰਾਰਤੀ ਲਾਮੇ ਆ ਰਹੇ ਨਾ ਮੁਝੇ। ਅਤੇ ਜੋ ਜਗੀਰਦਾਰ ਹੋਤਾ ਵੋ ਕਹਿਤਾ ਹੈ 2 ਕੱਟੇ ਭੇਜੋ, ਮੁਲਾਜ਼ਮ ਕਰ ਦਿਓ। ਜਬ ਸਰਕਾਰੀ ਮੁਲਾਜ਼ਮ ਹੋ ਜਾਏਗਾ, ਇਸੇ ਕਿਸੇ ਨੇ ਪੁੱਛਣਾ, ਤੋ ਹਮਾਰਾ ਮਾਸ਼ਰਾ ਹਮਨੇ ਖੁਦ ਹੀ ਤਬਾਹ ਕੀਆ। ਮਤਲਬ ਇਹ 2 ਆਪਸ਼ਨਸ ਹੀ ਹੋਤੀ ਹੈ ਲੋਕੋ ਕੇ ਸਾਹਮਨੇ? ਯਾਰ ਬੁਨਿਆਦ ਹੀ ਹਮਾਰੀ ਗਲਤ ਹੋਤੀ ਹੈ। ਅੱਛਾ, ਆਪਕਾ ਕਰੈਕਟਰ ਠੀਕ ਨਹੀਂ ਜਾ ਰਿਹਾ, ਤੋ ਹਮ ਆਪਕੋ ਮੁਲਾਜ਼ਮ ਭਰਤੀ ਕਰ ਦੇਗੇ ਨਾ, 2-4 ਲੱਖ ਲਗਾਏਗੇ, ਮੁਲਾਜ਼ਮ ਹੋ ਜਾਊਗਾ, ਆਪਕੋ ਕਿਸ ਨੇ ਪੁੱਛਣਾ? ਅੱਛਾ, ਤੋ ਅਗਰ ਮੈਂ ਕਮਜ਼ੋਰ ਹੂੰ ਤਾਂ ਆਪਕੋ ਮਦਰਸੇ ਮੇਂ ਡਾਲ ਦੇਗੇ, ਬੇਸ ਹਮ ਆਪਣੀ ਠੀਕ ਕਰ ਲੈ, ਸਭ ਕੁਝ ਠੀਕ ਹੋ ਜਾਏਗਾ, ਬੇਸ ਹੀ ਹਮਾਰੀ ਠੀਕ ਨਹੀਂ ਹੋਤੀ। ਤੋ ਜੋ ਸਰਕਾਰੀ ਮੁਲਾਜ਼ਮੀਨ ਹੈ, ਹਾਂ, ਯਾ ਆਪਣੀ ਡਿਊਟੀ ਸਹੀ ਸੇ ਨਹੀਂ ਕਰ ਰਹੇ ਆਪਕੋ? ਨਹੀਂ ਤਾਂ ਕਰ ਰਹੇ ਸੀ। ਅੱਛਾ, ਮੈਂ ਚੈਲੰਜ ਕਰੂੰਗਾ, ਹੋ ਸਕਦਾ ਕੱਲ੍ਹ ਮੈਨੂੰ ਗੋਲੀ ਬਣਵਾ ਦੇ ਕੋਈ, ਸਾਬਤ ਤੋਂ ਮੈਂ ਕਰ ਦੂੰਗਾ। ਪਾਕਿਸਤਾਨ ਤਰੀਕੇ ਇਨਸਾਫ ਕਹਿ ਰਹੀ ਕਿ ਅਸੀਂ ਗਰੀਬ ਆਵਾਮ ਵਾਸਤੇ ਨਿਕਲੇ ਦੇ ਹਾਂ, ਆਪੋਜੀਸ਼ਨ ਕਹਿ ਰਹੀ ਹੈ ਅਸੀਂ ਗਰੀਬ ਆਵਾਮ ਵਾਸਤੇ ਨਿਕਲੇ ਦੇ ਹਾਂ, ਕੌਣ ਨਿਕਲਿਆ ਦਾ ਆਵਾਮ ਵਾਸਤੇ? ਕਿੱਥੇ ਗਰੀਬ ਵਾਸਤੇ, ਕੋਈ ਵੀ ਨਹੀਂ ਨਿਕਲਿਆ, ਤਾਂ ਸਾਰੇ ਹੀ ਆਪਣੇ ਆਪਣੀ ਰੋਜ਼ੀ ਰੋਟੀ ਵਾਸਤੇ ਨਿਕਲੇ ਨੇ। ਅੱਛਾ, ਜਿਹੜੀ ਹਕੂਮਤ ਹੈ ਉਹ ਵੀ? ਹਕੂਮਤ ਵੀ ਸਰ ਕੀ ਕਰੇ, ਹੁਣ ਇੰਨੀ ਆਵਾਮ ਹੈ, ਠੀਕ ਹੈ, ਅਤੇ ਬੰਦਾ ਘਰ 'ਤੇ ਕੰਟਰੋਲ ਨਹੀਂ ਕਰ ਸਕਦਾ, ਆਵਾਮ 'ਤੇ ਕਿਵੇਂ ਕਰ ਸਕਦਾ? ਅੱਛਾ, ਤੇ ਫਿਰ ਹਕੂਮਤ ਸੰਭਾਲਣ ਦਾ ਕੋਈ ਤੁਕੀ ਨਹੀਂ ਬਣਦਾ ਕੋਈ ਕਾਨੂੰਨ ਬਣਾਏ ਨਾ ਐਸਾ ਜਿਹਦੇ ਨਾਲ ਮਜ਼ਦੂਰ ਆਦਮੀ ਨੂੰ ਵੀ ਕੁਝ ਲੱਭੇ। ਅੱਛਾ, ਇਨਕੇ ਮੁਤਾਬਕ ਮਜ਼ਦੂਰ ਆਦਮੀ ਨੂੰ ਵੀ ਕੋਈ ਰੋਜ਼ੀ ਮਿਲੇ? ਕਵਤੀ ਨੂੰ ਸਰ, ਇਨਕੇ ਮੁਤਾਬਕ ਜੋ ਹੈ ਆਮ ਬੰਦਾ ਜਿਸ ਤਰ੍ਹਾਂ ਘਰ ਨਹੀਂ ਚਲਾ ਪਾ ਰਿਹਾ, ਇਸ ਤਰ੍ਹਾਂ ਇਹ ਹਕੂਮਤ ਜੋ ਹੈ ਆਵਾਮ ਕੋ ਨਹੀਂ ਠੀਕ ਸਰ ਮੁਤਾਬਕ ਚਲਾ ਰਿਹਾ। ਅੱਛਾ, ਇਸ ਦੀ ਵਜ੍ਹਾ ਕਿਆ? ਸਸਤਾ ਕਰੋ, ਹਰ ਚੀਜ਼ ਸਸਤੀ ਕਰੋ, ਫਿਰ ਨਿਜ਼ਾਮ ਚੱਲਣਾ। ਕਹਿੰਦੇ ਬੜੇ ਫੰਡ ਦਿੱਤੇ ਯੂਟਿਲਿਟੀ ਸਟੋਰ ਆਏ ਹੂੰ, ਆਟਾ, ਚੀਨੀ, ਸਾਰਾ ਕੁਝ। ਇਹਨੇ ਵੀ ਤਾਂ ਦੱਸੋ ਨਾ ਦਿੱਤੇ ਕਿਨੂੰ ਨੇ? ਯੂਟਿਲਿਟੀ ਸਟੋਰ ਨੂੰ ਕਹਿੰਦੇ ਦਿੱਤੇ? ਯੂਟਿਲਿਟੀ ਸਟੋਰ ਉਹ ਵੱਡੇ ਵੱਡੇ ਲੋਕ ਖਾਈ ਜਾਂਦੇ ਨੇ, ਗਰੀਬ ਤੱਕ ਤਾਂ ਪਹੁੰਚਦੇ ਹੀ ਨਹੀਂ। ਅੱਛਾ, ਇਹ ਵੀ ਇੱਕ ਬਹੁਤ ਬੜੀ ਸਟੇਟਮੈਂਟ ਹੈ ਕਿ ਕਹਿ ਰਹੇ ਕਿ ਗਰੀਬ ਲੋਕੋ ਤੱਕ ਕੁਛ ਨਹੀਂ ਪਹੁੰਚ ਰਿਹਾ। ਗਰੀਬ ਤੱਕ ਤਾਂ ਦੇ ਪਹੁੰਚੇ ਨਾ, ਤੇ ਫਿਰ ਤੇ ਗੱਲ ਹੈ, ਗਰੀਬ ਤੱਕ ਉਹ ਪਹੁੰਚਦਾ ਹੀ ਨਹੀਂ। ਕੌਣ ਖਾ ਰਿਹਾ? ਉਹ ਜਿਹੜੇ ਇਕਤਦਾਰ 'ਚ ਹੁੰਦੇ ਨੇ ਉਹ ਹੀ ਖਾਈ ਜਾਂਦੇ ਨੇ। ਇਕਤਦਾਰ ਵਾਲੇ ਤਾਂ ਕਹਿੰਦੇ ਅਸੀਂ ਦੇ ਰਹੇ ਹਾਂ, ਉਹ ਯੂਟਿਲਿਟੀ ਸਟੋਰ ਨੂੰ ਦਿੰਦੇ ਹੀ ਨਹੀਂ। ਉਹ ਕਿਹੜਾ ਗਰੀਬ ਆਦਮੀ ਜਿਹੜਾ ਯੂਟਿਲਿਟੀ ਸਟੋਰ ਤੇ ਜਾਂਦਾ? ਅੱਛਾ, ਕੋਈ ਵੀ ਨਹੀਂ ਜਾਂਦਾ, ਸਾਰੇ ਆਪੇ ਹੀ ਖਾਈ ਜਾਂਦੇ ਨੇ। ਉਹ ਕਹਿ ਰਹੇ ਨੇ ਕਿ 19 ਅਰਬ ਦਾ ਹਸਾਰਾ ਸੀ ਜਦੋਂ ਮੈਨੂੰ ਸਿਆਸਤ ਮਿਲੀ ਹੈ, ਪਰਸੋਂ ਮਰਾਂਗਾ ਸਾਹਿਬ ਨੇ ਕਿਹਾ। ਹਸਾਰੇ ਨੂੰ ਮਜ਼ਦੂਰ ਆਦਮੀ ਨਾਲ ਕੀ ਲੈਣ ਦੇਣ? ਉਹ ਹਸਾਰੇ ਨਾਲ ਬੜਾ ਤਲਕ ਹੈ ਨਾ ਆਵਾਮ ਦਾ। ਆਵਾਮ ਨੂੰ ਸਹੂਲਤ ਤੇ ਦੇਣ ਨਾ ਕੁਝ। ਅੱਛਾ, ਮਹਿੰਗਾਈ ਦਾ ਜ਼ਿੰਮੇਦਾਰ ਕੋਈ? ਜਿਹੜਾ ਆਇਆ ਲੁੱਟ ਕੇ
मुझे कोई ऐसा अदारा बता दें जो बनाए भी हमारी सहूलत के लिए गए हैं, लेकिन सबसे ज़्यादा मसले भी हमें ये इन्हीं के क्रिएट हुए किए हुए हैं। सबसे ज़्यादा मसले ही थे। आप क्या सोच रहे हैं, तब्दीली का नाम तो लेते हो यार, फिर वही बात आएगी कि ये भाई मुझसे ज़्यादा दूर आए। एक जज एक फुट भी ज़्यादा होता है यार, इतनी दूर से उसका जो रीडर है रिश्वत ले रहा है। अच्छा, आप कौन से इंसाफ की बात करें? आसो तो नहीं चल रहा, कब से चला आ रहा है। उसमें एक मुलजम होता है, बाकी तो लॉकिन होते हैं बेचारे, आपसे इंसाफ की भीख मांगने आए होते हैं, लेकिन दोनों से पैसे वसूल होते हैं। किस इंसाफ की आप बात कर रहे हैं? पाकिस्तान तरीके इंसाफ जी महंगाई तो काबू नहीं पा सकती, की कहते हो? सर महंगाई इन्नी हो गई, गरीब आदमी तो पिस के रह गया बेचारा। अच्छा, जरा 700-800 रुपए दिहाड़ी लाँदा इतों नारवल तक सफ़र करता, सवेरे फिर नारवलों उठता है, सियालकोट आता है, वो की बेनीफिट है? अच्छा, कोई बेनीफिट नहीं गवर्नमेंट दे रही। गवर्नमेंट उन्होंने बेनीफिट दे रही जो सौखे ने सड़क बनाई आ रहे हैं, ठीक है, गरीब वास्ते की है? अच्छा, थोड़ा मतलब मौजूदा हुकूमत सड़क बना रही है? सड़क तो लाई आन डे ने पैसा कि गरीब तेल तो ला ना। अच्छा, वो कह रहे हैं गरीबा बड़ा पैसा ला रहे हैं। कितने ला रहे सर, सानू तो नज़र नहीं आता। वो कह रहे हैं शेल्टर होम बनाए, 7 अरब डॉलर तक जो है 7 अरब रुपए तक असी दिते हैं यूटिलिटी स्टोर में, ताकि आटा दाल रोटी चीनी तो सस्ती मिले। ये मिलती पई है सस्ती है सरकार, वही हिसाब है, हर चीज़ उत ही है। अच्छा, जो महंगी होंगी पई है, सस्ती नहीं होंगी पई है। हूँ जी इतों सियालकोट पसरूर सियालकोट नारवल तक जाना ना जलील हो के, सानू पता है किमें जाना है, किमें आन के सवेरे दिहाड़ी लानी है, कोई भी नहीं फायदा, कोई नहीं मजदूर आदमी ने तो कोई बेनीफिट देना। दूसरे शहर तो सफर करके आते, दूसरे शहर तो सहूलियत कोई नहीं? सहूलियत है, वे लो तेरे सामने गड्डियां दा हाल। मौजूदा हुकूमत महंगाई कर रही है, उसका जिम्मेदार कौन है? हम गोदी हैं यार। अच्छा, इस बारे में मैं आपको क्या कमेंट कर सकता हूँ, महंगाई तो हम लोगों ने खुद बनाई हुई है। अच्छा, ये कल भी बात हो रही थी, किराए अभी 60 रुपए चल रहा है। अच्छा, जब 90 रुपए लीटर था ना तेल, तब किराया 40 रुपए था। अच्छा, अब 115 हुआ है, तो 2% 20% मसलन किराया बढ़ गया है, 60 रुपए किराया हो गया मसलू का। तो आप खुद ही हिसाब ला लें, अगर किराया बढ़ गया तो फिर भी हम कहें, अभी गाड़ी वाला बोलेगा कि यार महंगाई ज़्यादा है, लेकिन ये नहीं सोच रहा कि यार मैंने किराया भी ज़्यादा बढ़ा दिया। अच्छा, तो अगर ताजर है, ताजर मजदूर की मजदूरी नहीं बढ़ा रहा, लेकिन अपने रेट उसके वो ही हैं, पहले डॉलर 90 पे गया था, अगर वो 10 डॉलर की चीज़ दे रहा है तो सोचा जाए फायदा, तो उसको ये अभी 150 का वो डॉलर। अच्छा, ले रहा है। देखिए, एक सर्वे के मुताबिक वो कह रहे हैं कि जो पहले हम 20,000 में भी गुजारा कर लेते थे, अब हम 40,000 में भी गुजारा नहीं कर सकते। मैं यार फैक्ट्री में जॉब करता हूँ, मैंने तो जैसे मुशर्रफ जैसा दौर मैंने नहीं पहले देखा। अच्छा, मुशर्रफ से वैसे दौर मैंने नहीं देखा। मतलब आप आमरियत को सपोर्ट कर रहे हैं मार्शल लॉ को? सॉरी समझा नहीं मैं। आमरियत को सपोर्ट कर रहे हैं आप मार्शल लॉ जो था? वो भी ठीक था, ठीक था। ਤੁਹਾਡੇ ਮੇਰੇ ਜਿਹੇ ਬੰਦੇ ਨੂੰ ਮੌਕਾ ਨਹੀਂ ਮਿਲਣਾ ਚਾਹੀਦਾ? ਹਰ ਇਨਸਾਨ ਨੂੰ ਮੌਕਾ ਮਿਲਣਾ ਚਾਹੀਦਾ ਜਿਹੜਾ ਕੋਈ ਅੱਛਾ ਕੰਮ ਕਰ ਸਕਦਾ, ਚਾਹੇ ਉਹ ਨਿਚਲੇ ਤਬਕੇ ਦਾ ਚਾਹੇ ਉਤਲੇ ਤਬਕੇ ਦਾ। ਹਰ ਇਨਸਾਨ ਲਈ ਮੌਕਾ ਬਰਾਬਰ ਹੋਣਾ ਚਾਹੀਦਾ, ਕਾਨੂੰਨ ਬਰਾਬਰ ਹੋਣਾ ਚਾਹੀਦਾ, ਰੂਲ ਬਰਾਬਰ ਹੋਣੇ ਚਾਹੀਦੇ ਨੇ। ਤੁਸੀਂ ਮੈਨੂੰ ਪਾਕਿਸਤਾਨ ਤਰੀਕੇ ਸਾਹਿਬ ਦੇ ਇੱਕ ਬੰਦੇ ਨੇ ਕਿਹਾ ਕਿ ਟਮਾਟਰ ਤੇ ਸਾਨੂੰ 17 ਰੁਪਏ ਕਿਲੋ ਪੇ ਮਿਲਦੇ ਪਏ ਤੁਹਾਨੂੰ? ਕਿੱਥੇ ਸਰਕਾਰ 17 ਰੁਪਏ ਕਿਲੋ ਮਿਲਦੇ ਪਏ, 200 ਰੁਪਏ ਮਿਲਦੇ ਜੇ ਪਏ। 200 ਰੁਪਏ ਕਿਲੋ ਮਿਲ ਰਹੇ? ਹਾਂਜੀ, ਦੱਸੋ ਜਾ ਇਹਨਾਂ ਨੂੰ 200 रुपए किलो मिल रहे ना सरकार टमाटर, बाजार जाके पता करो। ब्राखा साहब का कहना है कि 19 अरब डॉलर का खसारा था जब मैंने मुल्क संभाला जब हुकूमत आई। यार इसकी डिटेल तो मेरे पास नहीं है, अगर डिटेल होती तो मैं इस पर बयानबाजी। ब्राखा साहब ने ये कहा है अपनी प्रेस कॉन्फ्रेंस में परसों। मैं इस पर यकीन नहीं करता। आप यकीन नहीं करते? नहीं करता। अच्छा, मुकम्मल तौर पर आप कह रहे हैं कि नहीं, मैंने नहीं, मैं सर्टिफाइड है ही नहीं। ये जो मौलाना साहब धरना कर रहे थे, ये कामयाब हुआ कि नहीं? नहीं, वो तो धरना बेवकूफ़ी दरने वाली बेगोवी थी। अच्छा, वो अपने हिस्से की भीख मार रही, तो उसके बाद कोई बात नहीं। अच्छा, हाँ, मौजूदा हुकूमत को की पैगाम दे? मौजूदा हुकूमत को यही कहने पे कि सरकार को चीज़ा सस्तियाँ करो, गरीबों के हाल पर रहम करो,
नहीं तो गरीब आदमी तो मरण के मुकाम तक पहुँच गया। अच्छा मौजूदा हुकूमत को यही कहना चाहेंगे यही तो इनके कहने का मकसद ये है कि महंगाई है। हाँ जी देखें आवाम का यहाँ पे दुख सुना रहे हैं आपको, उनके मुताबिक ये है कि जो महंगाई है उस पर काबू पाने की कोशिश की जाए।